ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੋ, ਨਾਲ ਹੀ ਦਬਾਓ ਘੰਟੀ ਦਾ ਬਟਨ। ਘੰਟੀ ਦਬਾਉਂਦੇ ਹੀ ਤੁਹਾਨੂੰ ਮਿਲਣਗੀਆਂ ਸਾਡੀਆਂ ਖਬਰਾਂ ਉਸੇ ਵੇਲੇ ਉਸੇ ਟਾਈਮ ਤੁਹਾਡੇ ਮੋਬਾਈਲ ਤੇ। ਪੰਜਾਬ ਦੇ ਪੂਰਵ DGP SS ਵਿਰਕ, ਪੰਜਾਬ ਦੇ ਨਾਲ ਨਾਲ ਮਹਾਰਾਸ਼ਟਰ ਚ ਵੀ DGP ਰਹਿ ਚੁੱਕੇ ਨੇ SS ਵਿਰਕ। DGP ਵਿਰਕ ਦੀ ਸਿਕਿਉਰਿਟੀ ਚ ਲੱਗੇ ASI ਬਲਦੇਵ ਸਿੰਘ ਨਾਲ ਹੋਈ ਮੰਦਭਾਗੀ ਘਟਨਾ। ਗੁਰਦਾਸਪੁਰ ਦਾ ਬਲਦੇਵ ਸਿੰਘ DGP ਵਿਰਕ ਦੀ ਸੁਰੱਖਿਆ ਚ ਤੈਨਾਤ ਸੀ। ਜੇਕਰ ਪਰਿਵਾਰ ਦੀ ਮੰਨੀਏ ਤਾਂ ਉਹ ਰੋਜ਼ਾਨਾ ਦੀ ਤਰ੍ਹਾਂ DGP ਵਿਰਕ ਦੀ ਸਿਕਿਉਰਿਟੀ ਲਈ ਚੰਡੀਗੜ੍ਹ ਗਿਆ ਸੀ। ਰਾਤ ਕਰੀਬ 12 ਵਜੇ ਉਹ DGP ਦੀ ਸਿਕਿਉਰਿਟੀ ਤੋਂ ਵਾਪਸ ਮੁੜਿਆ। ਆਉਂਦੇ ਹੀ ਘਰ ਦਾ ਦਰਵਾਜ਼ਾ ਖਟਖਟਾਇਆ। ਦਰਵਾਜ਼ਾ ਖੁੱਲਦੇ ਹੀ ਬਲਦੇਵ ਸਿੰਘ ਨੇ ਫਾਇਰ ਕਰ ਦਿੱਤਾ। ਇੱਕ ਗੋਲੀ ਹਵਾ 'ਚ ਤੇ ਦੂਸਰੀ ਖੁਦ ਨੂੰ ਮਾਰ ਲਈ। ਆਖਿਰਕਾਰ ASI ਬਲਦੇਵ ਨਾਲ ਹੋਇਆ ਕੀ? ਕਿਸ ਵਜ੍ਹਾ ਦੇ ਨਾਲ ਉਸਨੂੰ ਆਪਣੀ ਜ਼ਿੰਦਗੀ ਖਤਮ ਕਰਨੀ ਪੈ ਗਈ? ਨਾ ਕੋਈ ਸੁਸਾਈਡ ਨੋਟ, ਨਾ ਕੁਝ ਹੋਰ। ਇਹਨਾਂ ਸਵਾਲਾਂ ਦੇ ਜਵਾਬ ਤਲਾਸ਼ ਰਹੀ ਹੈ ਪੁਲਿਸ। ਪਰ ਜੇ ਵਾਕਈ ਬਲਦੇਵ ਸਿੰਘ ਡਿਊਟੀ ਤੇ ਗਿਆ ਸੀ ਤੇ ਆਖਿਰਕਾਰ ਉੱਥੇ ਹੋਇਆ ਕੀ? ਕਿਉਂਕਿ ਘਰਦਿਆਂ ਦੇ ਮੁਤਾਬਕ ਘਰ ਵਿੱਚ ਕੋਈ ਪਰੇਸ਼ਾਨੀ ਨਹੀਂ ਸੀ। ਤੁਸੀਂ ਆਪ ਹੀ ਸੁਣੋ SPD ਦੇ ਹਵਾਲੇ ਤੋਂ। ਬਲਦੇਵ ਸਿੰਘ ASI IRB ਤੋਂ, ਪਿੰਡ ਦਾ ਹੈਗਾ ਆ ਰਾਜਪੁਰਾ। ਸਾਡੇ ਰਿਟਾਇਰਡ DG ਨੇ SS ਵਿਰਕ ਉਹਦੇ ਨਾਲ ਸਕਿਉਰਟੀ ਅਫਸਰ ਲੱਗਾ ਹੈ। ਉਹ ਛੁੱਟੀ 4-5 ਦਿਨ ਦੀ ਆਇਆ ਸੀ ਪਿੰਡ। ਕੱਲ੍ਹ ਛੁੱਟੀ ਤੋਂ ਵਾਪਸ ਚਲੇ ਗਿਆ 12-1 ਵਜੇ। ਘਰਦਿਆਂ ਨੂੰ ਕਿਹਾ ਮੈਂ ਜਾ ਰਿਹਾ ਵਾਪਸ, ਪਰ ਚੱਲ ਨਹੀਂ ਗਿਆ ਵਾਪਸ। ਰਾਤੀ ਲੇਟ ਆਵਰ ਘਰ ਪਹੁੰਚਿਆ, ਦਰਵਾਜ਼ਾ ਖੁੱਲ੍ਹਿਆ, ਵਾਈਫ ਨੇ ਬੱਚੇ ਤੇਰੇ ਰੂਟੀਨ 'ਚ ਅੱਗੇ ਜੇ ਅੱਗੇ ਜੋ ਵਰਕ ਹੈ। ਉਹਨੇ ਜਦੋਂ ਦਰਵਾਜ਼ਾ ਨੇ ਖੁੱਲ੍ਹਿਆ, ਉਹਨਾਂ ਮੁਤਾਬਕ ਇੱਕ ਨੇ ਹਵਾਈ ਖੜ ਕੀਤਾ ਅਤੇ ਦੂਜਾ ਉਹਨੇ ਆਪਣੇ ਗੋਲੀ ਮਾਰੀ। ਨਹੀਂ ਤਾਂ ਗੱਲ ਜੇ ਡਿਟੇਲ 'ਚ ਜਾ ਰਹੇ ਆਪਾਂ, ਕੀ ਮਸਲਾ ਕੀ ਹੈ ਪਰਿਵਾਰ ਨੇ ਪੁੱਛਿਆ, ਕੋਈ ਮਸਲਾ ਨਹੀਂ ਹੈ, ਕੀ ਹੋ ਗਈ ਜਾਂ ਹੋਰ ਵੇਖਦੇ ਹੋਰ ਮਸਲਾ ਜਿਹੜਾ।